ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਦੇਖੋ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇ ਰਹੇ ਹੋ ਸਪੈਸ਼ਲੀ ਟ੍ਰਿਪਲ ਐਸਐਸਪੀ ਬੋਰਡ ਤੇ ਪੰਜਾਬ ਪੁਲਿਸ ਦਾ ਜੇ ਐਗਜ਼ਾਮ ਦੇ ਰਹੇ ਹੋ ਜਿਨ੍ਹਾਂ ਨੇ ਪ੍ਰੀਵੀਅਸ ਐਗਜ਼ਾਮ ਦਿੱਤੇ ਨੇ 2021 ਦਾ ਠੀਕ ਹੈ ਉਹਨਾਂ ਨੂੰ ਪਤਾ ਹੈ ਕਿ ਇੱਕ ਕੁਐਸਚਨ ਤੁਹਾਨੂੰ ਇੰਪੋਰਟੈਂਟ ਬੁੱਕਸ ਤੇ ਆਥਰਸ ਦੇ ਰਿਕਾਰਡਿੰਗ ਪੁੱਛਿਆ ਜਾਂਦਾ ਠੀਕ ਹੈ ਮਤਲਬ ਕਿ ਪੁਸਤਕ ਤੇ ਉਸਦਾ ਲੇਖਕ ਦਾ ਨਾਮ ਪੁੱਛਿਆ ਜਾਂਦਾ ਠੀਕ ਹੈ ਤਾਂ ਇਸ ਵੀਡੀਓ ਵਿੱਚ ਇੰਪੋਰਟੈਂਟ ਜਿਹੜੀ ਬੁੱਕਸ ਤੇ ਆਥਰ ਨੇ ਉਹ ਕਵਰ ਕੀਤੇ ਹੋਏ ਨੇ ਉਹ ਧਿਆਨ ਨਾਲ ਦੇਖ ਲੋ ਤੇ ਰਾਈਟ ਡਾਊਨ ਕਰ ਲੋ ਤੇ ਇੱਕ ਗੱਲ ਹੋਰ ਦੋਸਤੋ ਜੇਕਰ ਤੁਸੀਂ ਇੰਪੋਰਟੈਂਟ ਬੁੱਕਸ ਤੇ ਆਥਰ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਇ ਕਰਨਾ ਚਾਹੁੰਦੇ ਹੋ ਸਿਰਫ 44 ਰੁਪੀਸ ਇਸ ਦਾ ਪ੍ਰਾਈਸ ਹੈ ਇੰਪੋਰਟੈਂਟ ਟੈਂਪਲਸ ਐਂਡ ਗੁਰਦੁਆਰੇ ਦੀ ਪੀਡੀਐਫ ਫਾਈਲ ਠੀਕ ਹੈ ਇੰਪੋਰਟੈਂਟ ਬੁੱਕਸ ਤੇ ਆਥਰ ਦੀ ਪੀਡੀਐਫ ਫਾਈਲ ਤੇ ਇੰਪੋਰਟੈਂਟ ਆਪਣੇ ਜਿਹੜੇ ਪਲੇਸਸ ਨੇ ਹੈਰੀਟੇਜ ਨੇ ਤੇ ਹੋਰ ਜਿਹੜੇ ਵੀ ਕੁਐਸਚਨ ਐਗਜ਼ਾਮ ਵਿੱਚ ਬਣਦੇ ਨੇ ਜਿਹੜੇ ਕਿ ਇੱਕ ਕੁਐਸਚਨ ਇੱਕ ਇੱਕ ਕੁਐਸਚਨ ਪੱਕਾ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਉਹਨਾਂ ਵਿੱਚੋਂ ਤਾਂ ਤੁਸੀਂ ਸਿਰਫ 44 ਰੁਪਏ ਵਿੱਚ ਪੀਡੀਐਫ ਫਾਈਲ ਬਾਈ ਕਰ ਸਕਦੇ ਹੋ ਪੰਜਾਬੀ ਲੈਂਗੁਏਜ ਵਿੱਚ ਇਹ ਪੀਡੀਐਫ ਫਾਈਲ ਹੈ ਕਾਫੀ ਕੈਂਡੀਡੇਟਸ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਈ ਕਰ ਲਈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹੋ ਤਾਂ ਇਹੀ ਮੇਰਾ WhatsApp ਨੰਬਰ ਹੈ ਇਸ ਤੋਂ ਸਿਰਫ ਤੁਸੀਂ WhatsApp ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਕਾਲ ਇਸ ਤੇ ਨਹੀਂ ਲੱਗੇਗੀ ਤਾਂ ਇਸ ਤੇ ਮੈਨੂੰ ਮੈਸੇਜ ਕਰਕੇ ਇਸ PDF ਫਾਈਲ ਬਾਰੇ ਪੁੱਛ ਸਕਦੇ ਹੋ ਜੇ WhatsApp ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ Instagram ਤੇ ਵੀ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਇਸ PDF ਫਾਈਲ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਓਕੇ ਹੁਣ ਆਪਾਂ ਟਾਈਮ ਨਹੀਂ ਵੇਸਟ ਕਰਦੇ ਜਲਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਕਾਫੀ ਇੰਪੋਰਟੈਂਟ ਸੈਸ਼ਨ ਹੋਣ ਵਾਲਾ ਹੈ ਤਾਂ ਪਹਿਲੀ ਬੁੱਕ ਕਿਹੜੀ ਆਪਣੀ ਸ਼ਹੀਦ ਕਰਤਾਰ ਸਿੰਘ ਸਰਾਭਾ ਇਹ ਜਿਹੜੀ ਬੁੱਕ ਦਾ ਲੋਗੋ ਹੈ ਮਤਲਬ ਕਿ ਫਰਸਟ ਪੇਜ ਇਸ ਤਰ੍ਹਾਂ ਦਾ ਬੁੱਕ ਦਾ ਮੈਂ ਇਮੇਜ ਤਾਂ ਲਾਈਆ ਤਾਂ ਕਿ ਤੁਹਾਨੂੰ इजीली ਮਾਈਂਡ ਵਿੱਚ ਇਮੇਜ ਸੈੱਟ ਹੋ ਜਾਵੇ ਤੇ ਯਾਦ ਰੱਖਿਓ ਤਾਂ ਕਰਤਾਰ ਸਿੰਘ ਸਰਾਬਾ ਨਾਮਕ ਬੁੱਕ ਕਿਸ ਦੁਆਰਾ ਲਿਖੀ ਗਈ ਹੈ ਆਥਰ ਕੋਣਾ ਇਸ ਦਾ ਅਜਮੇਰ ਸਿੰਘ ਹੈ ਤੇ ਪਬਲਿਸ਼ ਕਿਨੇ ਕੀਤੀ ਹੈ ਸਿੰਘ ਬ੍ਰਦਰਸ ਦੁਆਰਾ ਇਹ ਪਬਲਿਸ਼ ਕੀਤੀ ਗਈ ਹੈ ਮੋਸਟਲੀ ਐਗਜ਼ਾਮ ਵਿੱਚ ਸਿਰਫ ਆਥਰ ਬਾਰੇ ਪੁੱਛਿਆ ਜਾਵੇਗਾ ਠੀਕ ਹੈ ਤਾਂ ਯਾਦ ਰੱਖਿਓ ਕਰਤਾਰ ਸਿੰਘ ਸਰਾਬਾ ਬਾਬੂ ਕਾ ਜਿਹੜੀ ਅਜਮੇਰ ਸਿੰਘ ਦੁਆਰਾ ਲਿਖੀ ਗਈ ਹੈ ਓਕੇ ਇਸ ਤੋਂ ਬਾਅਦ ਗੱਲ ਕਰੀਏ ਸੈਕਿੰਡ ਬੁੱਕ ਹੈ ਜਿਹੜੀ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਇਹ ਬੁੱਕ ਹੈ ਤਾਂ ਇਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ ਇੱਥੇ ਆਪਾਂ ਚੈੱਕ ਕਰ ਸਕਦੇ ਆ ਆਥਰ ਕੌਣ ਹੈ ਖੁਸ਼ਵੰਤ ਸਿੰਘ ਹੈ ਠੀਕ ਹੈ ਤੇ ਕਿਹਨੇ ਪਬਲਿਸ਼ ਕਰੀ ਹੈ ਚਤਰ ਸਿੰਘ ਜੀਵਨ ਸਿੰਘ ਠੀਕ ਹੈ ਇਹ ਦੋ ਜਣੇ ਨੇ ਪਬਲਿਸ਼ਰ ਨੇ ਇਸ ਬੁੱਕ ਦੇ ਤਾਂ ਮੋਸਟਲੀ ਦੇਖੋ ਇਹ ਮੈਂ ਜਸਟ ਐਡੀਸ਼ਨਲ ਇਨਫੋਰਮੇਸ਼ਨ ਵਾਸਤੇ ਪਬਲਿਸ਼ਰ ਐਡ ਕੀਤੇ ਹੋਏ ਨੇ ਪਿੱਛਾ ਮੋਸਟਲੀ ਹੋਊਗਾ ਦਿ ਐਗਜ਼ਾਮ ਵਿੱਚ ਸਿਰਫ ਆਥਰ ਪੁੱਛਿਆ ਜਾਵੇਗਾ ਜਾਂ ਕੁਐਸਚਨ ਕੁਮਾ ਫਿਆ ਕੇ ਪੁੱਛ ਲੈਣਗੇ ਕਹਿ ਦੇਣਗੇ ਕੁਐਸਚਨ ਵਿੱਚ ਕਿ ਕੁਸਵੰਤ ਸਿੰਘ ਦੁਆਰਾ ਕਿਹੜੀ ਬੁੱਕ ਲਿਖੀ ਗਈ ਹੈ ਤਾਂ ਚਾਰ ਬੁੱਕਾਂ ਦੇ ਆਪਸ਼ਨ ਨੀਚੇ ਦੇ ਦੇਣਗੇ ਉਹਨਾਂ ਵਿੱਚੋਂ ਇੱਕ ਆਪਾਂ ਸਿਲੈਕਟ ਕਰਨਾ ਹੁੰਦਾ ਠੀਕ ਹੈ ਤਾਂ ਅਗਰ ਜੇ ਨਾਲੋਂ ਰਾਈਟ ਡਾਊਨ ਜ਼ਰੂਰ ਕਰ ਲਓ ਤੇ ਲਿਖ ਲਿਓ ਤਾਂ ਮਤਲਬ ਕਿ ਤੇ ਇਹ ਯਾਦ ਕਰ ਲਿਓ ਸੋਰੀ ਮਤਲਬ ਤਾਂ ਇੱਕ ਹੀ ਹੋ ਗਿਆ ਰਾਈਟ ਡਾਊਨ ਦਾ ਤੇ ਲਿਖਣ ਦਾ ਠੀਕ ਹੈ ਤੇ ਥਰਡ ਆਪਣੀ ਮੇਨ ਇੰਪੋਰਟੈਂਟ ਬੁੱਕ ਕਿਹੜੀ ਹੈ ਸਿੱਖ ਰਾਜ ਵਿੱਚ ਮਹਾਰਾਣੀ ਜਿੰਦਾ ਇੱਕ ਹਸਤੀ ਨਮਕ ਬੁੱਕ ਕਿਸ ਦੁਆਰਾ ਲਿਖੀ ਗਈ ਹੈ ਸੋਹਣ ਸਿੰਘ ਸੇਤਲ ਦੁਆਰਾ ਲਿਖੀ ਗਈ ਹੈ ਠੀਕ ਹੈ ਇਸ ਦਾ ਆਥਰ ਕੌਣ ਹੈ ਲੇਖਕ ਕੌਣ ਹੈ ਸੋਹਣ ਸਿੰਘ ਸੇਤਲ ਦੁਆਰਾ ਇਹ ਬੁੱਕ ਲਿਖੀ ਗਈ ਹੈ ਬਰੀ ਇੰਪੋਰਟੈਂਟ ਬੁੱਕ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਇਸ ਦੇ ਬਾਰੇ ਇਸ ਤੋਂ ਬਾਅਦ ਕੁਐਸਚਨ ਸੌਰੀ ਪੁਸਤਕ ਨੰਬਰ ਆਪਾਂ 4 ਦੀ ਗੱਲ ਕਰੀਏ ਪੰਜਾਬੀਅਤ ਨਾਮਕ ਪੁਸਤਕ ਹੈ ਕਿਸ ਦੁਆਰਾ ਲਿਖੀ ਗਈ ਹੈ ਕਰਤਾਰ ਸਿੰਘ ਦੁੱਗਲ ਦੁਆਰਾ ਲਿਖੀ ਗਈ ਹੈ ਇਸ ਦਾ ਆਥਰ ਕੌਣ ਹੈ ਕਰਤਾਰ ਸਿੰਘ ਦੁੱਗਲ ਇਸ ਦਾ ਆਥਰ ਹੈ ਠੀਕ ਹੈ ਇਸ ਤੋਂ ਬਾਅਦ ਆਪਾਂ ਨੈਕਸਟ ਬੁੱਕ ਦੀ ਗੱਲ ਕਰੀਏ ਤਾਂ ਇਸ ਬੁੱਕ ਦਾ ਨਾਮ ਲਹੂ ਮਿੱਟੀ ਹੈ ਠੀਕ ਹੈ ਲਹੂ ਮਿੱਟੀ ਹੈ ਇਹ ਲੋਗੋ ਤੁਸੀਂ ਇਮੇਜ ਵਿੱਚ ਦੇਖ ਸਕਦੇ ਹੋ ਤੇ ਇਹ ਇੱਕ ਇਹਨਾਂ ਦੀ ਸੰਸਥਾ ਥ੍ਰਿਲਰ ਨੋਵਲਸ ਠੀਕ ਹੈ ਜਿਸ ਦਾ ਕੋਣ ਹੈ ਹੈੱਡ ਕੋਣ ਹੈ ਸੰਤ ਸਿੰਘ ਸੇਖੋ ਠੀਕ ਹੈ ਕਹਿੰਦੇ ਤੁਹਾਨੂੰ ਤਾਂ ਆਪਾਂ ਸੰਤ ਸਿੰਘ ਸੇਖੋ ਦੁਆਰਾ ਜਿਹੜੀ ਲਹੂ ਮਿੱਟੀ ਨਾਮਕ ਬੁੱਕ ਹੈ ਇਹ ਬੁੱਕ ਹੈ ਠੀਕ ਹੈ ਸੰਤ ਸਿੰਘ ਸੇਖੋ ਦੁਆਰਾ ਛਪਾਈ ਗਈ ਹੈ ਤੇ ਬਟ ਇਸ ਦਾ ਨਾਮ ਕੀ ਆਵੇਗਾ ਜੇ ਇਗਜ਼ਾਮ ਵਿੱਚ ਆਜੀ ਕੁਐਸਚਨ ਦਾ ਥ੍ਰਿਲਰ ਨੋਵਲ ਤੇ ਆਪਾਂ ਟਿੱਕ ਮਾਰ ਲਗਾਉਣਾ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਨੈਕਸਟ ਇੰਪੋਰਟੈਂਟ ਬੁੱਕ ਇਹ ਇਗਜ਼ਾਮ ਵਿੱਚ ਬਹੁਤ ਵਾਰ ਪੁੱਛੀ ਗਈ ਹੈ ਇਹੋ ਹਮਾਰਾ ਜੀਵਨਾ ਕਿਹਦੇ ਦੁਆਰਾ ਲਿਖੀ ਗਈ ਹੈ ਕੁਲਦੀਪ ਕੌਰ ਟਿਵਾਣਾ ਦੁਆਰਾ ਇਹ ਲਿਖੀ ਗਈ ਹੈ ਬਹੁਤ ਇਗਜ਼ਾਮ ਵਿੱਚ ਰਿਪੀਟ ਹੋਇਆ ਦੋਸਤੋ ਕੁਐਸਚਨ ਤਾਂ ਵਰਕੇ ਯਾਦ ਰੱਖਿਓ ਆਥਰ ਕੌਣ ਦਲੀਪ ਕੌਰ ਟਿਵਾਣਾ ਠੀਕ ਹੈ ਇਸ ਵਾਰ ਕੁਐਸਚਨ ਨੰਬਰ ਸੋਰੀ ਕੁਐਸਚਨ ਫੇਰ ਯਾਦ ਆਉਂਦੇ ਨੇ ਯਾਰ ਠੀਕ ਹੈ ਪੁਸਤਕ ਨੰਬਰ ਨੈਕਸਟ ਦੀ ਗੱਲ ਕਰੀਏ ਸੁੰਦਰੀ ਸੁੰਦਰੀ ਪੁਸਤਕ ਹੈ ਠੀਕ ਹੈ ਕਿਹਦੇ ਦੁਆਰਾ ਲਿਖੀ ਗਈ ਹੈ ਭਾਈ ਵੀਰ ਸਿੰਘ ਜੀ ਦੁਆਰਾ ਹੀ ਬੁੱਕ ਲਿਖੀ ਗਈ ਹੈ ਓਕੇ ਯਾਦ ਰੱਖੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨਹੀਂ ਐਗਜ਼ਾਮ ਵਿੱਚ ਇੱਕ ਕੁਐਸਚਨ ਦੇਖਣ ਨੂੰ ਮਿਲੇਗਾ ਇੱਕ ਕੁਐਸਚਨ ਵੀ ਤੁਹਾਨੂੰ ਪਤਾ ਹੈ ਕਿ ਜਿਹੜਾ ਮੈਰਿਟ ਲਿਸਟ ਵਿੱਚ ਆਉਣ ਵਾਸਤੇ ਕਿੰਨਾ ਜ਼ਰੂਰੀ ਹੈ ਠੀਕ ਹੈ ਤੇ ਨੈਕਸਟ ਪੁਸਤਕ ਦੀ ਗੱਲ ਕਰੀਏ ਪਾਲੀ ਇਹ ਪਾਲੀ ਦਾ ਲੋਗੋ ਹੈ ਠੀਕ ਮੈਂ ਜਿਹੜਾ ਮੇਨ ਹੈਡਿੰਗ ਹੁੰਦੀ ਹੈ ਪਾਲਿ ਕਿਹਦੇ ਦੁਆਰਾ ਲਿਖੀ ਗਈ ਹੈ ਜਸਵੰਤ ਸਿੰਘ ਕਵਲ ਦੁਆਰਾ ਇਹ ਬੁੱਕ ਲਿਖੀ ਗਈ ਹੈ ਜ਼ਾ authors ਕੋਣਾ ਜਸਵੰਤ ਸਿੰਘ ਕਵਲ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਨੈਕਸਟ ਬੁੱਕ ਦੀ ਤਾਂ ਮੈਂ ਤੇ ਮੈਂ ਇਹ ਬੁੱਕ ਦਾ ਨਾਮ ਹੈ ਠੀਕ ਹੈ ਇਹ ਲਿਖੀ ਗਈ ਨੇ Shiv Kumar Batalvi ਬੁੱਕ ਦਾ ਨਾਮ ਕੀ ਹੈ ਮੈਂ ਤੇ ਮੈਂ ਠੀਕ ਹੈ ਯਾਦ ਰੱਖੋ ਇਸ ਤਰ੍ਹਾਂ ਦੇ ਕੁਐਸਚਨ ਪੁੱਛਿਆ ਉਹ ਦੇਖੋ ਚਿੱਟਾ ਲਹੂ ਪਿਛਲੀ ਵਾਰ ਸਬ ਇੰਸਪੈਕਟਰ ਦੇ ਇਗਜ਼ਾਮ ਵਿੱਚ ਇਹ ਕੁਐਸਚਨ ਪੁੱਛਿਆ ਸੀ ਕਿ ਚਿੱਟਾ ਲਹੂ ਨਾਮਕ ਪੁਸਤਕ ਕਿਸ ਦੁਆਰਾ ਲਿਖੀ ਗਈ ਹੈ ਤਾਂ ਨਾਨਕ ਸਿੰਘ ਨੇ ਇਹ ਬੁੱਕ ਲਿਖੀ ਸੀ ਤਾਂ ਕਾਫੀ ਇੰਪੋਰਟੈਂਟ ਐ ਇਗਜ਼ਾਮ ਓਰੀਐਂਟਡ ਕੁਐਸਚਨ ਐ ਇਹ ਵੀ ਯਾਦ ਰੱਖੋ ਨਾਨਕ ਸਿੰਘ ਦੁਆਰਾ ਕਿਹੜੀ ਚਿੱਟਾ ਲਹੂ ਠੀਕ ਹੈ ਇਸ ਤੋਂ ਬਾਅਦ ਨੈਕਸਟ ਗੱਲ ਕਰੀਏ ਪਿੰਜਰ ਪਿੰਜਰ ਨਾਮਕ ਬੁੱਕ ਐ ਇਸ ਬੁੱਕ ਦਾ ਨਾਮ ਐ ਪਿੰਜਰ ਠੀਕ ਹੈ ਇਸ ਨੈਕਸਟ ਇਹ ਕਿਸ ਆਥਰ ਦੁਆਰਾ ਲਿਖੀ ਗਈ ਹੈ ਅਮ੍ਰਿਤਾ ਪ੍ਰੀਤਮ ਦੁਆਰਾ ਇਹ ਬੁੱਕ ਲਿਖੀ ਗਈ ਹੈ ਇਹ ਵੀ ਵੈਰੀ ਇੰਪੋਰਟ ਹੈ ਵੈਰੀ ਇੰਪੋਰਟੈਂਟ ਹੈ ਅਮ੍ਰਿਤਾ ਪ੍ਰੀਤਮ ਦੇ ਬਾਰੇ ਕਾਫੀ ਕੁਐਸਚਨ ਐਗਜ਼ਾਮ ਵਿੱਚ ਬਣਦੇ ਇਸ ਤੋਂ ਬਾਅਦ ਨੈਕਸਟ ਬੁੱਕ ਦੀ ਗੱਲ ਕਰੀਏ ਕੋਠੇ ਖੜਕ ਸਿੰਘ ਨਾਮਕ ਬੁੱਕ ਹੈ ਇਹ ਕਿਹਨੇ ਲਿਖੀ ਹੈ ਰਾਮ ਸਰੂਪ ਅਣਕੀ ਦੁਆਰਾ ਇਹ ਬੁੱਕ ਲਿਖੀ ਗਈ ਹੈ ਠੀਕ ਹੈ ਤੇ ਨੈਕਸਟ ਬੁੱਕ ਦੀ ਗੱਲ ਕਰੀਏ ਦਾ ਆਦ ਗ੍ਰੰਥ ਇਹ ਬੁੱਕ ਹੈ ਤੇ ਕਾਫੀ ਇੰਪੋਰਟੈਂਟ ਹੈ ਐਗਜ਼ਾਮ ओरिएंटेड ਹੈ ਵੀ ਤੇ ਇਹ ਬੁੱਕ ਕਿਸ ਦੇ ਦੁਆਰਾ ਲਿਖੀ ਗਈ ਹੈ ਅਰਨਸਟ ਟਰੰਪ ਦੁਆਰਾ ਇਹ ਲਿਖੀ ਗਈ ਹੈ ਠੀਕ ਹੈ α ਐਡੀਸ਼ਨ ਨੇ ਇਹ ਲਾਂਚ ਕੀਤੀ ਸੀ ਬੁੱਕ ਠੀਕ ਹੈ ਐਗਜ਼ਾਮ ਵਿੱਚ ਇਸ ਲਈ ਇੰਪੋਰਟੈਂਟ ਹੋ ਜਾਂਦੀ ਹੈ ਇਹ ਕਿਉਂਕਿ ਇਹ ਕਿਸੇ ਫੋਰਨਰ ਦੁਆਰਾ ਇਹ ਬੁੱਕ ਲਿਖੀ ਹੋਈ ਹੈ ਸੋ ਯਾਦ ਰੱਖਿਓ ਠੀਕ ਹੈ ਇਸ ਤੋਂ ਬਾਅਦ ਨੈਕਸਟ ਗੱਲ ਕਰੀਏ ਬੁੱਕ ਦੀ ਐਰੋਟਿਕ ਸਟੋਰੀ ਫॉर ਪੰਜਾਬੀ ਵਿਡੋਜ਼ ਠੀਕ ਹੈ ਜਿਹੜੀ ਪੰਜਾਬ ਦੀ ਵਿਧਵਾਵਾਂ ਦੀ ਸਟੋਰੀ ਹੈ ਇਸ ਬੁੱਕ ਵਿੱਚ ਤਾਂ ਕਿਸੇ ਦੁਆਰਾ ਲਿਖੀ ਹੋਈ ਹੈ ਬਾਲਿਕੋਰ ਜਸਵਾਲ ਦੁਆਰੇ ਬੁੱਕ ਲਿਖੀ ਗਈ ਹੈ ਤਾਂ ਯਾਦ ਰੱਖਿਓ ਬਹੁਤ ਇੰਪੋਰਟੈਂਟ ਹੈ ਵੀ ਤੇ ਨੈਕਸਟ ਦੀ ਗੱਲ ਕਰੀਏ ਗੈਨਿਕ ਗੁਰਦੀਪ ਸਿੰਘ ਨਾਮਕ ਬੁੱਕ ਹੈ ਇੱਕ ਕਿਸ ਦੁਆਰਾ ਲਿਖਿਆ ਹੈ ਰੁਪਿੰਦਰ ਸਿੰਘ ਦੁਆਰਾ ਇਹ ਬੁੱਕ ਲਿਖੀ ਗਈ ਹੈ ਓਕੇ ਦੋਸਤੋ 50 ਹੋਰ ਇੰਪੋਰਟੈਂਟ ਬੁੱਕਸ ਤੇ ਆਥਰ ਦੇ ਨਾਮ ਨੇ ਉਹ ਪੀਡੀਐਫ ਵਿੱਚ ਮੈਂ ਇਨਕਲੂਡ ਕੀਤੇ ਨੇ ਪਲੱਸ ਤੁਹਾਨੂੰ ਹੋਰ ਚੰਗਾ ਮਟੀਰੀਅਲ ਸਟਡੀ ਵਾਸਤੇ 44 ਰੁਪਈਏ ਵਿੱਚ ਸੌਰੀ 44 ਰੁਪਈਏ ਵਿੱਚ ਮਿਲ ਜਾਵੇਗਾ ਠੀਕ ਹੈ ਜਦੋਂ ਇਹਨਾਂ WhatsApp ਤੇ ਮੈਸੇਜ ਜਾਂ Instagram ਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੁਸੀਂ ਇਸ PDF ਫਾਈਲ ਬਾਰੇ ਪੂਰੀ ਇਨਫਰਮੇਸ਼ਨ ਲੈਣ ਲਈ